ਉੱਥੇ ਲੰਗਰ ਲੱਗ ਰਿਹਾ ਤੁਸੀਂ ਲੰਗਰ ਬਾਰੇ ਵੀ ਉੱਥੇ ਚਰਚਾ ਛਿੜੀ ਹੋਈ ਹੈ ਵੀ ਇਹ ਲੰਗਰ ਜਿਹੜਾ ਲੱਗ ਰਿਹਾ ਉੱਥੇ 51 ਕਿਲੋ 51 ਲੱਖ ਦੀ ਮੱਝ ਵੇਚ ਕੇ ਲੱਗ ਰਿਹਾ ਜਾਂ ਇਦਾਂ ਹੋ ਲੱਗ ਇਹਦੇ ਬਾਰੇ ਕੀ ਹੈ ਜੀ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿੰਦਾ ਸੁਖਬੀਰ ਢਾਂਡੇ ਨੇ ਆਪਦੇ ਮੂੰਹ ਤੋਂ ਨਹੀਂ ਇਹ ਗੱਲ ਕਹੀ ਹੋਊ ਵੀ ਮੈਂ 51 ਲੱਖ ਦੀ ਮੱਝ ਵੇਚ ਕੇ ਇਹ ਲੰਗਰ ਲਾ ਰਿਹਾ ਹਾਂ। ਇਹ ਸਾਰੇ ਭਾਈਆਂ ਦਾ ਸਹਿਯੋਗ ਆ ਜੀ, ਕੋਈ ਐਂ ਨਾ ਸਮਝੋ 51 ਲੱਖ ਮੱਝ ਵਾਲੇ ਹੀ ਉੱਥੇ ਲੰਗਰ 'ਤੇ ਲਾ ਰਿਹਾ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ। ਚੱਲਦੇ ਹਾਂ ਮਾਛੀ ਬੜਾ। ਦੋਸਤੋ, ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਹਰਿਆਣੇ ਦੇ ਕਿਸਾਨ ਵੱਲੋਂ ਸਵਰਸਵਤੀ ਮੱਝ ਜਿਹੜੀ ਹੈ ਜਿਸ ਦੀ ਕੀਮਤ 51 ਲੱਖ ਰੁਪਏ ਦੱਸੀ ਜਾ ਰਹੀ ਹੈ ਕਿ ਉਹ 51 ਲੱਖ ਰੁਪਏ ਪੂਰੇ ਦਾ ਪੂਰਾ ਮੱਝ ਵੇਚ ਕੇ ਲੰਗਰ ਜਿਹੜੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਲੱਗੇ ਹੋਏ ਨੇ, ਟਿੱਕੀ ਬਾਰਡਰ 'ਤੇ ਲੱਗੇ ਹੋਏ ਨੇ, ਉਸ ਬਾਰਡਰ ਦੇ ਉੱਪਰ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਕੀਤਾ ਜਾ ਰਿਹਾ ਹੈ। ਲੇਕਿਨ ਕਿਤੇ ਨਾ ਕਿਤੇ ਏਵਨ ਪੰਜਾਬੀ ਚੈਨਲ ਨੂੰ ਇਹ ਗੱਲ ਹਾਜ਼ਮ ਨਹੀਂ ਹੋਈ ਔਰ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਔਰ ਏਵਨ ਪੰਜਾਬੀ ਚੈਨਲ ਨੇ ਇਸ ਵਾਇਰਲ ਵੀਡੀਓ ਨੂੰ ਕਰ ਦਿੱਤਾ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ। ਅਸਲ ਵਿੱਚ ਕਿਵੇਂ ਕੀਤਾ ਹੈ ਔਰ ਮੇਰੇ ਨਾਲ ਪੂਰੀ ਜਾਣਕਾਰੀ ਦੇਣ ਵਾਸਤੇ ਗੁਰਦੀਪ ਟੱਕਰ ਜੀ ਮਾਛੀਵਾੜੇ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਟੱਕਰ ਸਾਹਿਬ, ਕੀ ਜਾਣਕਾਰੀ ਇਸ ਪੂਰੀ ਖਬਰ ਨੂੰ ਲੈ ਕੇ? ਸੋਤਾ ਜੀ, ਇਸ ਤਰ੍ਹਾਂ ਵਾ, ਤੁਹਾਨੂੰ ਤੁਸੀਂ ਦੱਸ ਚੁੱਕੇ ਹੋ ਪਹਿਲਾਂ ਵੀ ਦਿੱਲੀ ਬਾਰਡਰ ਸਿੰਘੂ, ਦਿੱਲੀ ਦੇ ਸਿੰਘੂ ਬਾਰਡਰ ਤੇ ਬਹੁਤ ਲੰਗਰ ਲੱਗੇ ਹੋਏ ਨੇ। ਉੱਥੇ ਇੱਕ ਲੰਗਰ ਦੇ ਵਿੱਚੋਂ ਹੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਪਾਰੀ ਹੈ ਉਹ ਹਿਸਾਰ ਦਾ, ਉਸਨੇ ਦਾਵਾ, ਉਹਦੇ ਨਾਲ ਇੱਕ ਬੰਦੇ ਖੜੇ ਦਾਵਾ ਕੀਤਾ ਕਿ ਇਸਨੇ 51 ਲੱਖ ਰੁਪਏ ਦੀ ਮੱਝ ਮਾਛੀਵਾੜਾ ਨੇੜੇ ਕਿਸਾਨ ਨੂੰ ਵੇਚੀ ਤੇ ਉਹਦਾ ਲੰਗਰ ਲਗਾਇਆ ਜਾ ਰਿਹਾ। ਜਦੋਂ ਏਵਨ ਪੰਜਾਬੀ ਨਿਊਜ਼ ਵੱਲੋਂ ਇਸ ਮਾਮਲੇ ਦੀ ਸਾਰੀ ਤਹਿ ਤੱਕ ਜਾ ਕੇ ਸਾਰੀ ਸੱਚਾਈ ਆਈ, ਉਹ ਸੱਚ ਆਈ ਬੜੀ ਹੀ ਹੈਰਾਨੀਜਨਕ ਸਾਹਮਣੇ ਆਈ। ਉਹ 51 ਲੱਖ ਰੁਪਏ ਦੀ ਪਹਿਲੀ ਗੱਲ ਤਾਂ ਮੱਝ ਹੀ ਨੀ ਵਿਕੀ, ਦੂਸਰੀ ਗੱਲ 51 ਲੱਖ ਰੁਪਏ ਉਹ ਮੱਝ ਵੇਚ ਕੇ ਲੰਗਰ ਵੀ ਲਗਾਇਆ ਗਿਆ। ਇਹ ਲੰਗਰ ਲੋਕਾਂ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ ਉਸ ਵਪਾਰੀ ਵੱਲੋਂ ਲਗਾਇਆ ਗਿਆ। ਇਹ ਸੋਸ਼ਲ ਮੀਡੀਆ ਤੇ ਸਿਰਫ ਕੋਰਾ ਝੂਠ ਤੇ ਕੋਰੀ ਫਵਾਹ ਸਾਬਤ ਹੋਈ ਹੈ ਸਾਰੀ ਗੱਲ। ਲੇਕਿਨ ਏਵਨ ਪੰਜਾਬੀ ਚੈਨਲ ਨੇ ਤਹਿ ਤੱਕ ਜਾ ਕੇ ਇਸ ਪੂਰੀ ਖਬਰ ਦੀ ਪੜਤਾਲ ਕੀਤੀ ਹੈ। ਜੀ, ਉਹਦੇ ਵਿੱਚ ਦੱਸਿਆ ਜਿਹੜੇ ਕਿਸਾਨ ਪਵਿੱਤਰ ਸਿੰਘ ਜਿਹੜਾ ਹੈ ਉਹ ਮਾਛੀਵਾੜਾ ਨੇੜ ਦੇ ਪਿੰਡ ਰਜੂਲ ਦਾ ਰਹਿਣ ਵਾਲਾ ਵਾ। ਉਸਨੇ ਦੱਸਿਆ, ਸਾਰੀ ਜਾਣਕਾਰੀ ਦਿੱਤੀ ਵੀ ਇਹ ਮੱਝ ਉਸਨੇ ਫਰਵਰੀ ਮਹੀਨੇ ਵਿੱਚ ਖਰੀਦੀ ਸੀ, ਜਿਸ ਬਦਲੇ ਉਹਨੇ ਸਿਰਫ 7 ਮੱਝਾਂ ਤੇ 2.5 ਲੱਖ ਰੁਪਇਆ ਦਿੱਤਾ ਸੀਗਾ ਵਪਾਰੀ ਨੂੰ, ਜਿਹੜਾ ਸਹਿਸਾਰ ਦਾ ਵਪਾਰੀ ਆ, ਉਹਦਾ ਨਾਂ ਸੁਖਬੀਰ ਹੈ ਜੀ, ਤੇ ਢਾਂਡਾ ਸੁਖਬੀਰ ਢਾਂਡਾ, ਤੇ ਉਸਨੂੰ ਦਿੱਤਾ ਸੀਗਾ। ਉਹਨੇ ਕੋਈ 51 ਲੱਖ ਰੁਪਏ ਨਗਦ ਨਹੀਂ ਦਿੱਤਾ। ਹਾਂ, ਉਹਨੇ ਆਪਣੇ 7 ਮੱਝਾਂ ਅੱਗੋਂ ਪਤਾ ਨੀ ਕਿੰਨੇ ਨੀ ਵੇਚਿਆ ਕਿੰਨੇ ਨੀ ਵੇਚਿਆ, ਇਹਦੇ ਬਾਰੇ ਮੈਨੂੰ ਨਹੀਂ ਕੋਈ ਜਾਣਕਾਰੀ ਹੈ ਜੀ। ਤੇ ਦੂਸਰੀ ਗੱਲ, ਉਹਨੇ ਇਹ ਵੀ ਕਿਹਾ ਵਾ ਵੀ ਜਿਹੜਾ ਲੰਗਰ ਲਗਾਇਆ ਜਾ ਰਿਹਾ ਵਾ ਉਹ ਅਸੀਂ ਵੀ ਉਸ 'ਚ ਯੋਗਦਾਨ ਪਾ ਕੇ ਆਏ ਹਾਂ, ਪੰਜਾਬ ਦੇ ਕਿਸਾਨ ਵੀ ਉਸ 'ਚ ਯੋਗਦਾਨ ਪਾ ਕੇ, ਕਿਉਂਕਿ ਸਾਡਾ ਪਸ਼ੂ ਪਾਲਕ ਭਰਾ ਵਾ ਸੁਖਬੀਰ ਢਾਂਡਾ, ਉਹਨੇ ਸਾਨੂੰ ਬੁਲਾਇਆ, ਅਸੀਂ ਉੱਥੇ ਲੰਗਰ 'ਚ ਸੇਵਾ ਵੀ ਕੀਤੀ ਆ, ਅਸੀਂ ਯੋਗਦਾਨ ਪਾਇਆ। ਉਹ 51 ਲੱਖ ਰੁਪਏ ਦੀ ਮੱਝ ਵੇਚ ਕੇ ਉਸਨੇ ਕੋਈ ਲੰਗਰ ਲਗਾਇਆ ਨਾ ਹੀ ਉਸਨੇ ਦਾਵਾ ਕੀਤਾ, ਇਹ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਫਵਾਹ ਫੈਲੀ ਹੋਈ ਆ, ਜੋ ਕੋਈ ਸਪਸ਼ਟ ਕਰ ਦਿੱਤੀ ਵੀ ਉਹ 51 ਲੱਖ ਦੇ ਮੱਝਾ ਵੇਚ ਕੇ ਲੰਗਰ ਨਹੀਂ ਲਗਾਇਆ, ਲੋਕਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਔਰ ਟੱਕਰ ਸਾਹਿਬ, ਆਪਣੇ ਆਪ 'ਚ ਖਬਰ ਵੀ ਬਹੁਤ ਵੱਡੀ ਆ ਕਿ 51 ਲੱਖ ਰੁਪਏ ਦੀ ਜਿਹੜੀ ਮੱਝ ਹੈ ਉਹ ਮਤਲਬ ਵੇਚਣ ਤੋਂ ਬਾਅਦ ਲੰਗਰ ਲਗਾਇਆ, ਇਹ ਨਿਰਾ ਝੂਠ ਹੈ? ਜਿਹੜਾ ਝੂਠ ਹੈ ਜੀ, ਇਹ ਮੱਝ ਦਾ ਸੌਦਾ ਫਰਵਰੀ 'ਚ ਹੋਇਆ ਸੀ ਜੀ, ਉਸ ਟਾਈਮ ਤਾਂ ਅੰਦੋਲਨ ਨੇੜੇ ਤੇੜੇ ਵੀ ਹੈ ਸੀਗਾ, ਤੇ ਉਹ ਪੰਜਾਬ ਇਹ ਨਾਲੇ ਸੁਖਬੀਰ ਸਿੰਘ ਜਿਹੜਾ ਹੈਗਾ ਢਾਂਡਾ, ਉਹ ਵੀ ਸਪਸ਼ਟ ਕਰ ਚੁੱਕਿਆ ਵਾ ਕਈ ਥਾਵਾਂ ਦੀ ਮੀਡੀਆ ਤੇ ਵੀ ਇਹ ਮੈਂ ਲੰਗਰ 51 ਲੱਖ ਦੀ ਮੱਝ ਵੇਚ ਕੇ ਨਹੀਂ ਲਗਾਇਆ, ਇਹ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਵਾ, ਸਾਰੇ ਪਸ਼ੂ ਪਾਲਕ ਦੇ ਸਹਿਯੋਗ ਨਾਲ ਲਾਇਆ। ਪਰ ਹਾਂ, ਇਹ ਗੱਲ ਜ਼ਰੂਰ ਦੱਸਣੀ ਯੋਗ ਬਣਦੀ ਆ ਵੀ ਜਿਹੜੀ ਇਹ ਥਰਸਤਰੀ ਮੱਝ ਆ, ਇਹਨੇ ਵਿਸ਼ਵ ਰਿਕਾਰਡ ਬਣਾਇਆ ਹੋਇਆ ਵਾ ਇੱਕ ਦਿਨ ਵਿੱਚ ਸਭ ਤੋਂ ਵੱਧ ਮੱਝ ਦੁੱਧ ਦੇਣ ਦਾ, ਜਿਸਦਾ ਕਿ 5 ਮਹੀਨੇ ਪਹਿਲਾਂ ਪਾਕਿਸਤਾਨ ਦੀ ਇੱਕ ਮੱਝ ਨੇ ਰਿਕਾਰਡ ਤੋੜ ਦਿੱਤਾ ਜੀ। ਇਹ ਮੱਝ 33 ਕਿਲੋ ਤੋਂ ਵੱਧ ਕੁਛ ਗ੍ਰਾਮ ਦੁੱਧ ਦਿੰਦੀ ਸੀਗੀ ਰੋਜ਼ ਦਾ, ਤੇ ਪਾਕਿਸਤਾਨ ਦੀ ਮੱਝ ਨੇ 33 ਕਿਲੋ 800 ਗ੍ਰਾਮ ਦੁੱਧ ਦੇਣ ਦਾ ਰਿਕਾਰਡ ਬਣਾ ਕੇ ਇਹ ਵਿਸ਼ਵ ਰਿਕਾਰਡ ਤੋੜ ਦਿੱਤਾ ਵਾ। ਤੇ ਹੁਣ ਪਵਿੱਤਰ ਸਿੰਘ ਵੱਲੋਂ ਇਸ ਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਸਰਸਵਤੀ ਮੱਝ ਨੂੰ, ਜਿਸਦਾ 19 ਜਨਵਰੀ ਨੂੰ ਟ੍ਰਾਇਲ ਹੋਣਾ ਵਾ, ਲਾਈਵ ਸ਼ੋਅ ਹੋਣਾ। ਉਹਨੂੰ ਦਾਵਾ ਹੋਇਆ ਵੀ ਜਿਹੜੀ ਇਹ ਮੱਝ ਆ ਸਰਸਵਤੀ, ਇਹ ਬਹੁਤ ਵਧੀਆ ਨਸਲ ਦੀ ਆ, ਇਹ ਬਹੁਤ ਵਧੀਆ, ਇਹਦੇ ਤੇ ਮੈਂ ਮਿਹਨਤ ਕਰ ਰਿਹਾ ਵਾਂ, ਤੇ ਇਹ ਵਿਸ਼ਵ ਰਿਕਾਰਡ ਜ਼ਰੂਰ ਤੋੜੇਗੀ, ਸਭ ਦੁਨੀਆ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲਾ ਪਸ਼ੂ ਸਾਬਤ ਹੋਏਗੀ। ਬਿਲਕੁਲ, ਬਹੁਤ ਬਹੁਤ ਮਿਹਰਬਾਨੀ ਟੱਕਰ ਸਾਹਿਬ, ਤੁਸੀਂ ਜਾਣਕਾਰੀ ਦਿੱਤੀ ਆ। ਦੋਸਤੋ, ਇੱਕ ਕਿਸਾਨ ਵੱਲੋਂ ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਸੀ ਕਿ 51 ਲੱਖ ਦੀ ਜਿਹੜੀ ਮੱਝ ਆ ਵੇਚੀ ਗਈ ਆ ਉਹ ਸਿਰਫ ਤਾਂ ਸਿਰਫ ਲੰਗਰ ਵਾਸਤੇ, ਲੇਕਿਨ ਏਵਨ ਪੰਜਾਬੀ ਚੈਨਲ ਨੂੰ ਵੀ ਇਹ ਗੱਲਬਾਤ ਹਜ਼ਮ ਨਹੀਂ ਸੀ ਹੋ ਰਹੀ, ਉਹਨਾਂ ਨੇ ਪੜਤਾਲ ਕੀਤੀ ਹੈ ਔਰ ਇਹ ਨਿਰਾ ਝੂਠ ਹੈ। ਸੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆਉਂਦੀਆਂ ਨੇ, ਸਾਨੂੰ ਉਹਨਾਂ ਖਬਰਾਂ ਨੂੰ ਵੇਖਣ ਲਈ ਕਈ ਵਾਰੀ ਆਪਾਂ ਪ੍ਰੈਕਟੀਕਲੀ ਰੂਪ ਵੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅੱਖਾਂ ਮੀਟ ਕੇ ਕਦੇ ਵੀ ਇਹਨਾਂ ਲੋਕਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਇਸ ਸੰਬੰਧ ਵਿੱਚ ਟੱਕਰ ਸਾਹਿਬ ਨੇ ਪੂਰੀ ਗੱਲਬਾਤ ਕੀਤੀ ਹੈ, ਉਹ ਗੱਲਬਾਤ ਤੁਸੀਂ ਵੀ ਸੁਣ ਸਕਦੇ ਹੋ। ਪੰਜਾਬ ਦੇ ਕਿਸਾਨ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ ਆਪਣੀ ਕਿਸਾਨੀ ਅੰਦੋਲਨ ਲਈ ਲੜ ਰਹੇ ਨੇ, ਉੱਥੇ ਖੇਤੀਬਾੜੀ ਆਰਡੀਨੈਂਸ ਰੱਦ ਕਰਾਉਣ ਲਈ ਧਰਨਾ ਦੇ ਰਹੇ ਨੇ। ਇਸੇ ਧਰਨੇ ਦੌਰਾਨ ਉੱਥੇ ਲੰਗਰ ਵੀ ਲਗਾਏ ਜਾ ਰਹੇ ਨੇ, ਜਿੱਥੋਂ ਇੱਕ ਨਵੀਂ ਚਰਚਾ ਛਿੜੀ ਕਿ ਇੱਕ 51 ਲੱਖ ਰੁਪਏ ਦੀ ਹਿਸਾਰ ਦੇ ਕਿਸਾਨ ਨੇ
ਜਿਹੜਾ ਪਸ਼ੂ ਪਾਲਕ ਵੀ ਆ ਉਹਨੇ 51 ਲੱਖ ਰੁਪਏ ਦੀ ਮੱਝ ਵੇਚੀ, ਸਰਸਵਤੀ ਨਾਂ ਦੀ ਮੱਝ ਆ ਜੋ ਕਿ ਮਾਛੀਵਾੜਾ ਨੇੜੇ ਕਿਸਾਨ ਨੇ ਖਰੀਦੀ। ਅਤੇ ਇਸ 51 ਲੱਖ ਰੁਪਏ ਦੀ ਮੱਝ ਖਰੀਦਣ ਦੀ ਕੀ ਸੱਚਾਈ ਹੈ, ਇਸ 51 ਲੱਖ ਰੁਪਏ ਦੀ ਮੱਝ ਸਰਸਵਤੀ 'ਚ ਕੀ ਖਾਸੀਅਤ ਨੇ, ਤੁਸੀਂ ਇਹ ਕਿਸਾਨ ਜੋ ਪਵਿੱਤਰ ਸਿੰਘ ਖਰੀਦੀ ਉਹਨਾਂ ਤੋਂ ਸੁਣੋ। ਅਤੇ ਬੜੀ ਹੈਰਾਨੀ ਵਰਗ ਵੀ ਇਹ ਮੱਝ ਇੱਕ ਵਰਲਡ ਰਿਕਾਰਡ ਤਿਆਰ ਕਰਨ ਲਈ, ਵਰਲਡ ਰਿਕਾਰਡ ਤੋੜਨ ਲਈ ਤਿਆਰ ਕੀਤੀ ਜਾ ਰਹੀ ਹੈ। ਸਾਡੇ ਨਾਲ ਜੁੜੇ ਹੋਏ ਨੇ ਕਿਸਾਨ ਪਵਿੱਤਰ ਸਿੰਘ, ਜਿਹਨਾਂ ਕੋਲ ਸਰਸਵਤੀ ਨਾਂ ਦੀ ਮੱਝ ਹੈ ਜੀ। ਪਵਿੱਤਰ ਸਿੰਘ ਜੀ, ਜਿਹੜੀ ਇਹ ਮੱਝ ਆ ਜਿਹੜੋ ਸਰਸਵਤੀ ਮੱਝ ਦੱਸਿਆ, ਇਹ ਮੱਝ ਦੀ 51 ਲੱਖ ਦੀ ਸੱਚਾਈ ਕੀ ਹੈ, ਅਸਲ 'ਚ ਕੀ ਹੈ ਜੀ ਇਹ 51 ਲੱਖ? ਦੇਖੋ ਜੀ, ਇਹ ਮੱਝ ਸੀ ਆਪਣੇ ਸੁਖਬੀਰ ਢਾਂਡਾ, ਜ਼ਿਲ੍ਹਾ ਅਸਾਰ, ਗਾਓਂ ਲਤਾਣੀ। ਉੱਥੇ ਮੱਝ ਨੇ ਬੜਾ ਹੀ ਵਧੀਆ ਦੁੱਧ ਦਿੱਤਾ, 33 ਕਿਲੋ 131 ਗ੍ਰਾਮ, ਹਰਿਆਣਾ ਮੋਹਰਾ ਆਈਸੋਲੇਸ਼ਨ 'ਚ। ਅਤੇ ਚਲੋ 51 ਲੱਖ ਦੀ ਹੋ ਗਈ ਮੱਝ, ਵਿਕ ਗਈ, ਬੜਾ ਉਦੋਂ ਵੀ ਰੌਲਾ ਪਿਆ, ਸਾਨੂੰ ਬੜੇ ਸਵਾਲ ਜਵਾਬ ਹੋਏ। ਇਹਦੇ ਵਿੱਚ ਆਪਾਂ ਉਹਨਾਂ ਨੂੰ 7 ਮੱਝਾਂ ਸੇਲ ਦਿੱਤੀਆਂ ਕਰੀਆਂ ਸੀਗੀਆਂ। ਅੱਛਾ ਜੀ। ਅਤੇ ਉੱਥੋਂ 8-10 ਆ ਗਈਆਂ, 5-7 ਚਲੀਆਂ ਗਈਆਂ, 4-5 ਆ ਗਈਆਂ, 2 ਚਲੀਆਂ ਗਈਆਂ, ਫਿਰ ਆ ਗਈਆਂ, ਫਿਰ ਚਲੀਆਂ ਗਈਆਂ। ਉਹਦੇ ਵਿੱਚ ਉਹਨਾਂ ਨੂੰ ਮੁਨਾਫਾ ਹੋ ਗਿਆ। ਠੀਕ ਹੈ ਜੀ। ਅਤੇ ਉਹਨਾਂ ਨੇ ਆਪਦਾ ਮੁਨਾਫਾ ਗਿਣ ਕੇ ਇਹ ਕਹਿ ਲਿਆ ਵੀ 51 ਲੱਖ ਦੀ ਮੱਝ ਸਰਸਵਤੀ ਵਿਕ ਗਈ। ਠੀਕ ਆ ਜੀ। ਚਲੋ ਆਪਾਂ ਤਾਂ ਕਹਿੰਦੇ ਹਾਂ ਇਹ ਹੋਰ ਵੀ ਉਹਨਾਂ ਨੂੰ ਮੁਨਾਫਾ ਕਰਦੀ, 70 ਦੀ ਵਿਕਦੀ, 80 ਦੀ ਵਿਕਦੀ। ਇਹਦੇ ਵਿੱਚ 7-8 ਮੱਝਾਂ ਦਾ ਮਸਲਾ ਸੀਗਾ ਜੀ, ਉਹ ਕਾਫੀ ਵਿਕੀਆਂ। ਬਾਕੀ ਜਿਹੜੀਆਂ ਮੱਝਾਂ ਬਟਾਲੇ ਸ਼ੋਅ 'ਚ ਆਪਣੀਆਂ ਜਿੱਤੀਆਂ, ਉਹ ਵੀ ਉਹਦੀ ਮਿਹਰਬਾਨੀ ਨਾਲ ਹੀ ਉੱਥੋਂ ਹੀ ਆਈਆਂ, ਉਹਨਾਂ ਨੇ ਆਪਾਂ ਨੂੰ ਭੇਜੀਆਂ, ਉੱਥੋਂ ਹੀ ਉਹ ਵਿਨਰ ਹੋਈਆਂ। ਰਿਕਾਰਡ ਹੋਲਡਰ ਆ ਜੀ ਆਪਣੀ 27 ਕਿਲੋ 200 ਗ੍ਰਾਮ ਨਾਲ ਬਟਾਲੇ। ਇਹ ਜਿਹੜੀ ਸਰਸਵਤੀ ਮੱਝ ਆ ਜੀ, ਇਹ ਤੁਸੀਂ ਜਿਹੜੀ ਖਰੀਦੀ ਆ, ਇਹਦੇ ਲਈ ਹੁਣ ਤੁਸੀਂ ਕੀ ਤਿਆਰੀ, ਇਹਦੇ 'ਚ ਕੀ ਖਾਸੀਅਤ ਕੀ ਹੈ, ਅਤੇ ਇਹ ਕੀ ਤਿਆਰੀ ਕੀਤੀ ਜਾ ਰਹੀ ਹੈ? ਤੁਸੀਂ ਕਹਿੰਦੇ ਵਰਲਡ ਰਿਕਾਰਡ ਤੋੜਨ ਦੀ ਅਸੀਂ ਜੀ ਮਿਹਨਤ ਕੀਤੀ ਜਾ ਰਹੀ ਤੁਹਾਡੇ ਵੱਲੋਂ। ਦੇਖੋ ਜੀ, ਇੱਕ ਰਿਕਾਰਡ ਹੋਲਡਰ ਮੱਝ ਆ, ਖਾਸੀਅਤ ਤਾਂ ਇਹੀ ਬਹੁਤ ਵੱਡੀ ਹੈ ਇਹਨਾਂ ਨੂੰ ਆਪਾਂ ਮੱਝਾਂ ਤੋਂ, ਮੇਨ ਚੀਜ਼ ਇਹੀ ਆ ਵੀ ਆਪਾਂ ਇਹਨਾਂ ਤੋਂ ਦੁੱਧ ਲੈਣਾ ਹੁੰਦਾ ਜੀ। ਜੇ ਮੱਝ ਥੱਲੇ ਦੁੱਧ ਨਹੀਂ ਆ, ਆਪਾਂ ਇਹਨਾਂ ਦੀ ਬਿਊਟੀ ਨਹੀਂ ਜਾਂ ਕੋਈ ਹੋਰ ਨਹੀਂ, ਠੀਕ ਆ ਜੀ। ਅਤੇ ਉਹਦੇ ਵਿੱਚ ਇੱਕ ਪਾਕਿਸਤਾਨ ਦੀ ਮੱਝ ਨੇ 33 ਕਿਲੋ ਤਕਰੀਬਨ 856 ਗ੍ਰਾਮ ਅੱਜ ਤੋਂ 5 ਕੁ ਮਹੀਨੇ ਪਹਿਲਾਂ ਰਿਕਾਰਡ ਆਪਣਾ ਤੋੜਤਾ ਸੀ। ਚਲੋ ਉਹਨੂੰ ਆਪਾਂ ਸਹੀ ਨਾ ਕਹੀਏ, ਕਹਿ ਦਈਏ ਵੀ ਅਸੀਂ ਤਾਂ ਸਹੀ ਮੰਨਾਂਗੇ ਜਿਵੇਂ ਮਰਜ਼ੀ, ਥੋੜ੍ਹਾ ਟਾਈਮ ਦੀ ਅੰਡਰਸਟੈਂਡਿੰਗ ਜਾਂ 2 ਟਾਈਮ 'ਚ ਉਹਨਾਂ ਨੇ ਦੁੱਧ ਦਿਖਾਤਾ, ਥੋੜ੍ਹਾ ਜਿਹਾ ਸਾਨੂੰ ਲੱਗਿਆ। ਚਲੋ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਦਾ ਰਿਕਾਰਡ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵਾਰ, ਪਰਮਾਤਮਾ ਦੀ ਜੇ ਕਿਰਪਾ ਹੋਊਗੀ। ਇੱਕ ਤਾਂ ਆਪਣੇ ਕਿਸਾਨ ਅੰਦੋਲਨ ਚੱਲਣ ਨਾਲ ਸੰਘਰਸ਼ ਜਿਹੜਾ ਇੰਨਾ, ਆਪਣੇ ਮਾਵਾਂ ਦਾ ਪਿਓ ਉੱਥੇ ਬੈਠਿਆ, ਭਾਈ ਸਾਡੇ ਬੈਠਿਆ, ਬੜੇ ਭਾਈ ਸਾਡੇ ਸ਼ਹੀਦ ਹੋ ਗਏ ਜੀ, ਉਹਨਾਂ ਕਰਕੇ ਅਸੀਂ ਇਹਦੀ ਚਵਾਈ ਨਹੀਂ ਕਰਾ ਰਹੇ ਸੀ, ਨਹੀਂ ਇਸ ਟਾਈਮ ਤਾਂ ਬਹੁਤ ਕੁਛ ਹੋ ਜਾਂਦਾ। ਪਿਛਲੀ ਗੇਰ ਲੋਕਾਂ ਨੇ ਸੁਖਬੀਰ ਢਾਂਡੇ 'ਤੇ ਬੜੇ ਅੰਜਾਮ ਲਾਏ, ਉਹਨਾਂ ਨੂੰ ਕਰਨ ਲਈ 40 ਦਿਨ ਦੀ ਮੱਝ ਸੂਈ ਹੋਈ ਆ ਜੀ, 45 ਦੀ ਸੂਈ ਹੋਈ ਆ, ਆਹ ਚੀਜ਼ਾਂ ਨੇ ਜੀ, ਫਲਾਨਾ ਨੇ, ਹੁਣ 80 ਤੋਂ 85 ਦਿਨ ਦੀ ਮੱਝ ਸੂਈ ਹੋਈ ਹੋਊਗੀ। 18 ਜਨਵਰੀ 2021 ਨੂੰ ਮੱਝ ਸ਼ਾਮ ਨੂੰ 6:40 ਤੋਂ 45 ਮਿੰਟ 'ਤੇ ਖਾਲੀ ਕਰਾਂਗੇ। ਸਾਰੇ ਜਿੰਨੇ ਵੀ ਸਾਡੇ ਭਾਈ ਨੇ ਪੰਜਾਬ, ਹਰਿਆਣਾ, ਕੋਈ ਹੋਰ ਬਾਹਰੋਂ ਆਉਣਾ ਚਾਹੁੰਦਾ, ਹੁੰਮ ਹੁਮਾ ਕੇ ਪੁੱਜੋ ਜੀ, ਅਸੀਂ ਤੁਹਾਡਾ ਜਿੰਨਾ ਕੁ ਹੋ ਸਕਿਆ ਤੁਹਾਡਾ ਸਹਿਯੋਗ ਕਰਾਂਗੇ, ਤੁਹਾਡੀ ਸੇਵਾ ਕਰਾਂਗੇ, ਰੋਟੀ ਮਾਰ ਤੁਹਾਡੀ ਸੇਵਾ ਦੇ ਨਾਲ। ਜੇ ਕਿਸੇ ਹੋਰ ਸਾਡੇ ਤੋਂ ਗਲਤੀ ਹੋਈ ਹੋਵੇ, ਸੋ ਤੋਂ ਮਾਫ਼ੀ ਵੀ ਮੰਗਾਂਗੇ, ਕਿਤੇ ਸਾਨੂੰ ਕਿਸੇ ਭਾਈ ਨੂੰ ਗਲਤ ਬੋਲਿਆ ਵੀ ਗਿਆ ਹੋਵੇ। ਇਹ ਜਿਹੜੀ ਮੱਝ ਆ ਜੀ, ਤੁਸੀਂ 33 ਕਿਲੋ ਰਿਕਾਰਡ ਆ, ਪਾਕਿਸਤਾਨ ਦੀ ਮੱਝ ਦਾ ਕਿੰਨਾ ਰਿਕਾਰਡ ਹੈ ਜੀ? 33,856 ਜੀ ਤਕਰੀਬਨ। ਅੱਛਾ, ਇਹਦਾ ਕਿੰਨਾ ਜੀ ਇਸ ਟਾਈਮ? ਇਹਦਾ 33 ਕਿਲੋ 131 ਗ੍ਰਾਮ ਦਾ, 31 ਗ੍ਰਾਮ ਦਾ ਰਿਕਾਰਡ ਹੈ ਜੀ ਸੁਖਬੀਰ ਢਾਂਡਾ ਦੇ ਘਰ ਦਾ। 19 ਜਨਵਰੀ ਨੂੰ ਤੁਸੀਂ ਚਵਾਈ ਕਰਦੇ ਵੀ, ਤੁਹਾਨੂੰ ਉਮੀਦ ਆ ਵੀ ਤੁਸੀਂ ਇਹਦੀ ਮਿਹਨਤ ਕਰ ਰਹੇ ਹੋ, ਇੰਨੀ ਇਹਦੇ 'ਤੇ ਸਾਰੀ ਇਹਦੀ ਖਿਆਲ ਰੱਖ ਰਹੇ ਹੋ, ਤੁਹਾਨੂੰ ਲੱਗਦਾ ਵੀ ਇਹ ਮੱਝ ਵੱਧ ਰਿਕਾਰਡ ਤੋੜੇਗੀ ਹੁਣ? ਪਰਮਾਤਮਾ ਚਾਹੂਗਾ ਜੀ। ਅੱਛਾ, ਹਾਂਜੀ, ਪਰਮਾਤਮਾ ਦੇ ਡੋਰੀ। ਮੱਝ ਇਹਦੇ ਬਾਰੇ ਜਿਹੜੀ ਹੋਰ ਡੇਅਰੀ ਫਾਰਮ ਬਣਾਇਆ, ਉਹਦੇ ਬਾਰੇ ਤੁਸੀਂ ਕੋਈ ਜਾਣਕਾਰੀ ਦਿਓਗੇ ਵੀ ਤੁਹਾਡੇ ਕੋਲ ਕਦੋਂ ਦਾ ਕੰਮ ਕਰ ਰਹੇ ਤੁਸੀਂ ਇਹ? ਆਪਣੀ 4th ਪੋਸਤ ਆ ਜੀ। ਪਹਿਲਾਂ ਮੇਰੇ ਪੜਦਾਦਾ ਜੀ ਕਰਦੇ ਸੀ, ਫਿਰ ਮੇਰੇ ਦਾਦਾ ਜੀ ਕਰਦੇ ਸੀ, ਫਿਰ ਮੇਰੇ ਫਾਦਰ ਸਾਹਿਬ ਕਰਦੇ ਸੀ, ਹੁਣ ਇਹ ਲੈਣ 'ਚ ਮੈਂ ਪਿਆ ਹੋਇਆ ਜੀ। ਕਿੰਨੇ ਪਸ਼ੂ ਰੱਖੇ ਜੀ ਆਪਣੇ ਕੋਲ ਇੱਥੇ ਜੀ? ਤਕਰੀਬਨ 25 ਵੀ ਹੋ ਜਾਂਦੇ ਆ, 30 ਵੀ ਹੋ ਜਾਂਦੇ ਆ, 15 ਵੀ ਰਹਿ ਜਾਂਦੇ ਆ ਜੀ, ਸੇਲ ਪਰਚੇਜ ਦਾ ਨਾਲ ਕੰਮ ਆ ਜੀ। ਜਿਹੜੇ ਇਹ ਜਿਹੜੀ ਸਰਸਵਤੀ ਮੱਝ ਆ, ਹੁਣ ਤੁਸੀਂ 19 ਜਨਵਰੀ ਨੂੰ ਇਹਦਾ ਤੁਸੀਂ ਲਾਈਵ ਸ਼ੋਅ ਦਿਖਾਓਗੇ ਵੀ ਇਹ ਵੱਧ ਹੋ ਰਹੀ ਆ। ਜਿਹੜਾ ਉੱਥੇ ਲੰਗਰ ਲੱਗ ਰਿਹਾ, ਤੁਸੀਂ ਲੰਗਰ ਬਾਰੇ ਵੀ ਉੱਥੇ ਚਰਚਾ ਛਿੜੀ ਹੋਈ ਆ ਵੀ ਇਹ ਲੰਗਰ ਜਿਹੜਾ ਲੱਗ ਰਿਹਾ ਉੱਥੇ 51 ਲੱਖ ਦੀ ਮੱਝ ਵੇਚ ਕੇ ਲੱਗ ਰਿਹਾ ਜਾਂ ਇੱਦਾਂ ਹੋ ਲੱਗਿਆ, ਇਹਦੇ ਬਾਰੇ ਕੀ ਹੈ ਜੀ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਿੰਦਾ ਸੁਖਬੀਰ ਢਾਂਡੇ ਨੇ ਆਪਦੇ ਮੂੰਹ ਤੋਂ ਨਹੀਂ ਇਹ ਗੱਲ ਕਹੀ ਹੋਊ ਵੀ ਮੈਂ 51 ਲੱਖ ਦੀ ਮੱਝ ਵੇਚ ਕੇ ਇਹ ਲੰਗਰ ਲਾ ਰਿਹਾ ਵਾਂ। ਚਲੋ ਬਾਈ ਚਾਂਸ ਸਾਡਾ ਭਰਾ ਵਾ, ਉਹ ਕੋਈ ਮੂੰਹ 'ਚੋਂ ਮਾੜੀ ਜਿਹੀ ਗੱਲ ਨਿਕਲ ਗਈ, ਮੀਡੀਆ ਵਾਲੇ ਦਾ ਜੀ ਦੇਖੋ ਜੀ ਜਰੀ ਫੜ ਲੈਂਦੇ ਆ, ਆਮ ਬੰਦਾ ਵੀ ਹਰੇਕ ਫੜ ਲੈਂਦਾ ਜੀ। ਉਹਦੇ ਵਿੱਚੋਂ ਜੀ ਦੇਖੋ, ਸੁਖਬੀਰ ਢਾਂਡਾ ਅਤੇ ਨਰੇਸ਼ ਬੁੱਢਾ ਖੇੜਾ, ਅਮਿਤ ਢਾਂਡਾ, ਸੰਦੀਪ ਆਪਣਾ ਭਰਾ ਵਾ ਅਮੈਰੀਕਾ 'ਚ ਰਹਿੰਦੇ ਆ, ਉਹਨਾਂ ਦਾ ਸਹਿਯੋਗ ਆ। ਇੱਕ ਸਾਡਾ ਹੋਰ ਭਰਾ ਵਰੁਣ ਕੰਪੋਜ ਜਲੰਧਰ ਤੋਂ, ਉਹਨਾਂ ਦਾ ਬੜਾ ਸਹਿਯੋਗ ਆ। ਲੰਬੜਦਾਰ ਜੀ ਗਏ ਨਾਲ ਉੱਥੇ, ਹਰਜੀਤ ਸਿੰਘ, ਅਤੇ ਅਸੀਂ ਵੀ ਜਿੰਨਾ ਕੁ ਮਾੜਾ ਮੋਟਾ ਹੋ ਸਕਿਆ ਉਹ ਵੀ ਕਰਕੇ ਆਏ ਸਾਰੇ ਜਣੇ। ਇਹ ਸਾਰੇ ਭਾਈਆਂ ਦਾ ਸਹਿਯੋਗ ਆ ਜੀ, ਕੋਈ ਐਂ ਨਾ ਸਮਝੋ 51 ਲੱਖ ਮੱਝ ਵਾਲੇ ਉੱਥੇ ਲੰਗਰ 'ਤੇ ਲਾ ਰਿਹਾ।
55 लाख की मझ की सच्चाई बारे थोनू किसान पुजता सिंह दस्या, यह भी दस्या भी असीं हुण वर्ल्ड रिकॉर्ड जिहड़ा वर्ल्ड रिकॉर्ड आ वह भी तोड़न जा रहे हैं पाकिस्तान का वर्ल्ड रिकॉर्ड। तो एक तुहानू होर किसान ने साडे नाल कोट गंगू राय दे इस 55 लाख रुपए की मझ का जिहड़ा वा एक बच्चा वा कट्टा जो हुण जिहनूं आपां झोटा भी कह दिंदे आ उसका सीरम तैयार करके बेच रहा उसका नाम नवाब रख्या वह भी बेशकीमती दस्या जा रहा असीं हुण तुहानू किसान कोट गंगू राय के किसान नाल मना जा रहे हैं जिन्होंने वह रख्या होया जी। ਬਾਰਡਰ ਕਾਰਡ ਹੋਲਡਰ ਮੱਝ ਦਾ ਕੱਟਾ ਸਾਡੇ ਕੋਲ ਹੋਵੇ ਫਿਰ ਉਹਦੀ ਕੀਮਤ ਤੁਸੀਂ ਆਪ ਹੀ ਸੋਚ ਲਓ, ਮੀਡੀਆ ਵਾਲੇ ਵੀ ਸੋਚ ਸਕਦੇ ਨੇ ਵੀ ਕਿੰਨੀ ਕੀਮਤ ਹੋ ਸਕਦੀ ਆ, ਠੀਕ ਆ। ਔਰ ਬੱਚੇ ਬਹੁਤ ਵਧੀਆ ਆ ਰਹੇ ਨੇ, ਮੇਨ ਕਾਰਨ ਤਾਂ ਇਹ ਆ ਵੀ ਬੱਚੇ ਉਹਦੀ ਨਸਲ ਸੁਧਾਰ ਤੇ ਅਸੀਂ ਜ਼ੋਰ ਦਿੱਤਾ, ਆਪਾਂ ਨੂੰ ਸ਼ੌਂਕ ਸੀਗਾ, ਠੀਕ ਆ ਕਿ ਨਹੀਂ। ਪਾਲਣ ਦੇ ਉੱਤੇ ਤਾਂ 500-700 ਰੁਪਇਆ ਖਰਚ ਹੋ ਹੀ ਜਾਂਦਾ ਜੀ, ਮਤਲਬ ਵਧੀਆ ਦਾਣਾ ਪਾਣੀ ਸਾਰਾ ਕੁਛ ਦੇਣਾ ਪੈਂਦਾ, ਜੇ ਸੀਮਨ ਲੈਣਾ ਤਾਂ ਹੀ ਸੀਮਨ ਮਿਲਦਾ, ਨਹੀਂ ਉਦਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਦੇਖਭਾਲ ਵੀ ਚੰਗੀ ਤਰ੍ਹਾਂ ਕਰਨੀ ਪੈਂਦੀ ਆ, ਪੁੱਤਾਂ ਵਾਂਗੂ ਦੇਖਭਾਲ ਕਰਨੀ ਪੈਂਦੀ ਜਾਨਵਰਾਂ ਦੀ, ਇਹ ਨਹੀਂ ਹੈਗਾ ਵੀ ਬੰਨ ਤੇ ਗੀਲੇ ਨਾ ਮੁੜ ਕੇ ਪੁੱਛਣੇ ਨਹੀਂ ਹੈਗੇ, ਸਾਫ਼ ਸਫਾਈ ਪੂਰੀ ਰੱਖਣੀ ਪੈਂਦੀ ਆ ਜੀ। ਅਸੀਂ ਤੁਹਾਨੂੰ ਜਿਹੜੀ 55 ਲੱਖ ਰੁਪਏ ਦੀ ਸਰਸਵਤੀ ਮੱਝ ਆ ਉਹਦੇ ਬਾਰੇ ਵੀ ਸਪਸ਼ਟ ਦਿਖਾਇਆ ਪੁਜਤਾ ਸਿੰਘ ਵੱਲੋਂ, ਅਤੇ ਉਸਦਾ ਇੱਕ ਬੱਚਾ ਵਾ ਨਵਾਬ ਉਹਦੇ ਬਾਰੇ ਜਿਹੜੇ ਮਾਲਕ ਖੜ੍ਹੇ ਸਾਡੇ ਕੋਲ ਕੋਟ ਗੰਗੂ ਰਾਏ ਦੇ ਉਹਨਾਂ ਨੇ ਵੀ ਦੱਸਿਆ। ਅਤੇ ਇਹ ਸਰਸਵਤੀ ਮੱਝ ਅਸੀਂ ਵੀ ਆਪਣੇ ਕਾਮਨਾ ਕਰਦੇ ਹਾਂ ਕਿ ਜਿਹੜੀ ਇਹ ਕਿਸਾਨ ਪੁਜਤਾ ਸਿੰਘ ਦੀ ਸਰਸਵਤੀ ਮੱਝ ਆ ਜੋ ਕਿ 55 ਲੱਖ ਰੁਪਏ ਦੇ ਨਾਮ ਨਾਲ ਮਸ਼ਹੂਰ ਹੋਈ ਆ ਉਹ ਜ਼ਰੂਰ ਜਿਹੜਾ ਵਰਲਡ ਰਿਕਾਰਡ ਆ ਪਾਕਿਸਤਾਨ ਦਾ ਇਸ ਟਾਈਮ ਸਭ ਤੋਂ ਵੱਧ ਰਿਕਾਰਡ ਆ ਵੀ 33 ਕਿਲੋ 800 ਗ੍ਰਾਮ ਦਾ, ਅਤੇ ਇਹ 33 ਕਿਲੋ 300 ਗ੍ਰਾਮ ਆ ਵੀ ਇਹ 33 ਕਿਲੋ 800 ਗ੍ਰਾਮ ਦਾ ਵਰਲਡ ਰਿਕਾਰਡ ਤੋੜੇ ਜ਼ਰੂਰ, ਜੋ ਕਿ 19 ਜਨਵਰੀ ਨੂੰ ਇਹਦਾ ਲਾਈਵ ਸ਼ੋਅ ਹੋਣਾ ਵਾ। ਧੰਨਵਾਦ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ TV ਦੇ ਨਾਲ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ, ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ, ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ।